복박복지 않으세요? ਹੋਰ ਭਾਉ ਖਜਾਨਸਿਆ ਉਹ ਵਧੀਆ ਨੰਜਨ ਸਿਆ ਹੋਰ ਠੀਕ ਠਾਕ ਚੜ੍ਹਦੀ ਕਲਾ ਹੋਰ ਸੁਣਾ ਬਾਲ ਬੱਚੇ ਦੀ ਮੈਂ ਨਾ ਸਭ ਵਧੀਆ ਤੂੰ ਸੁਣਾ ਕਿਵੇਂ ਆਉਣੇ ਓਏ ਮੈਂ ਨਾ ਤੇਰੇ ਨਾਲ ਕੰਮ ਆਇਆ ਹਾਂ ਗੱਲ ਇਦਾਂ ਹੈ ਵੀ ਗੱਲ ਥੋੜੀ ਜਿਹੀ ਲੰਮੀ ਆ ਆਪਾਂ ਬਹਿ ਕੇ ਨਾ ਕਰ ਲਈਏ ਚੱਲ ਬਹਿ ਕੇ ਕਰ ਲੈਂਦੇ ਹਾਂ ਚੱਲ ਆ ਜਾ ਸਰਦਾਰਾ ਓ ਨਾ ਨਾ ਸਰਦਾਰਾ ਤੂੰ ਸੁਣਾਣੇ ਲੱਭਾ ਤੂੰ ਸਰਦਾਰ ਬੰਦਾ ਪੈਦਲ ਮੈਂ ਓ ਨਹੀਂ ਓ ਪੁਰਾਣੀਆਂ ਗੱਲਾਂ ਯਾਰ ਨਹੀਂ ਸਰਦਾਰਾ ਤੂੰ ਸੁਣਾਣੇ ਲੱਭਾ ਮੈਂ ਇੱਥੇ ਬਹਿਣਾ ਪੈਦਲ ਓ ਭਰਾਵਾ ਮੈਂ ਤੇ ਪੈਦਲ ਡਰਦਾ ਹੀ ਬਹਿਣ ਲੱਗਾ ਹਾਂ ਮਹਾ ਤੂੰ ਬਹਿ ਕੇ ਤੇ ਪੈਰ ਤੋੜ ਦੇਗਾ ਯਾਰ ਓ ਨਹੀਂ ਨਹੀਂ ਸਰਦਾਰਾ ਨਹੀਂ ਕਰਦੀ ਮੇਰਾ ਕਿਤੇ ਕਿੰਨਾ ਭਾਰ ਹੈ ਲੱਗ ਭਾਈ ਤੂੰ ਭਾਰ ਹੋਰ ਜ਼ਿਆਦਾ ਹੋਣਾ ਕਿਤੇ ਓ ਚੱਲ ਮੈਂ ਮੜਾ ਆਇਆ ਨੂੰ ਇਹਨਾਂ ਬਹਿ ਆ ਵੇਖੀ ਮੇਰਾ ਵੀਰ ਅਜੇ ਥੋੜੇ ਦਿਨ ਵੀ ਪਾਈ ਓ ਨਹੀਂ ਟੁੱਟਦੀ ਸਰਦਾਰਾ ਵੀ ਗੱਲ ਇਦਾਂ ਹੀ ਵੀ ਮੈਨੂੰ ਆ ਗਿਆ ਵਿਆਹ ਹਾਂ ਯਾਰ ਵਿਆਹ ਇਦਾਂ ਵੀ ਮੈਨੂੰ ਨਾ ਆਖੀ ਮੈਨੂੰ ਤਾਂ ਅੱਗੇ ਬੜੇ ਵਿਆਹ ਮੈਂ ਤਾਂ ਕਿਹਾ ਪਿਆ ਵੇਖ ਵੇਖ ਵਿਆਹ ਯਾਰ ਓ ਨਹੀਂ ਨਹੀਂ ਸਰਦਾਰਾ ਵਿਆਹ ਨਹੀਂ ਤੈਨੂੰ ਖੜਨਾ ਗੱਲ ਇਦਾਂ ਵੀ ਤੂੰ ਮੈਨੂੰ ਨਾ 10,000 ਰੁਪਇਆ ਧਾਰਾ ਦੇ 10,000 ਓਏ ਆਹ ਸਿਰਫ 10,000 ਹੀ ਖੜਨਾ ਧਾਰਾ ਗੁਰੂਆ ਇੰਨਾ ਦਿਨ 10,000 ਕਿੱਥੋਂ ਆਇਆ ਗੁਰੂਆ 13ਵਾਂ ਮਹੀਨਾ ਤੋਂ ਕਮਾਲ ਕਰੀ ਜਾਂਦਾ ਤੂੰ ਓ ਚੱਲ ਸਰਦਾਰਾ ਜੇ ਤੂੰ ਧਾਰਾ ਨਹੀਂ ਨਾ ਦੇਣਾ ਆ 2 ਰੁਪਇਆ ਵਿਆਜ ਨਾਲੇ ਨੂੰ ਓ ਗੱਲ ਤਾਂ ਤੇਰੀ ਸਹੀ ਆ ਪਰ 2 ਰੁਪਈਆਂ ਵਾਸਤੇ 10,000 ਆਵੇ ਕਿੱਥੋਂ ਨਾ ਮੈਂ ਕੀ ਦੱਸਾਂ ਤੈਨੂੰ ਚੱਲ 2 ਦਿਨਾਂ ਦੇਣਾ ਤਾਂ 3 ਲਾ ਲਈ 3 ਰੁਪਏ ਵਿਆਜ ਲੈ ਲਈ ਓ ਨਹੀਂ ਯਾਰ 3 ਵੀ ਨਹੀਂ ਹੈਗਾ ਨਹੀਂ ਮੇਰੇ ਕੋਲ ਮੈਂ ਲਾ ਮੈਂ ਸਾਰਾ ਪਿੰਡ ਛੱਡ ਕੇ ਨਾ ਬੜੀ ਆਸ ਨਾਲ ਖਜਾਨ ਸਾਹਿਬ ਤੇਰੇ ਕੋਲ ਆਇਆ ਜੀ ਵੀ ਖਜਾਨ ਸੋਹਣੇ ਮੈਨੂੰ ਮੋੜਨਾ ਨਹੀਂ ਆ ਹੈਗੇ ਨਹੀਂ ਕਿੱਥੋਂ ਦਵਾਂ ਤੂੰ ਐਂ ਕਰ ਵੀ 4 ਰੁਪਏ ਵਿਆਜ ਲੈ ਲਈ ਮੇਰੀ ਗੱਲ ਸੁਣ ਨੰਜਨ ਸਿਆ ਨਹੀਂ ਮੇਰੇ ਕੋਲ ਹੈਗੀ ਯਾਰ ਤੇ ਫਿਰ ਮੇਰੀ ਇੱਕ ਹੋਰ ਗੱਲ ਸੁਣ ਤੂੰ ਇਦਾਂ ਕਰ ਤੂੰ ਰੁਪਈਆ ਦੇ ਦੇ ਮੈਨੂੰ 10,000 ਤੇ ਵਿਆਜ ਲੈ ਲਈ 5 ਰੁਪਏ ਤੇ ਮਹੀਨੇ ਦਾ ਵਿਆਜ ਤਾਂ ਤੂੰ ਪਹਿਲਾਂ ਹੀ ਕੱਟ ਲਾ ਤੇ ਮਹੀਨੇ ਇੱਕ ਨੂੰ ਮੈਂ ਤੈਨੂੰ 10,000 ਰੁਪਏ ਮੋੜ ਦਊਂ ਲੈ ਖਜਾਨ ਸਿਆ ਸੌਦਾ ਫਾਇਦੇ ਦਾ ਹੀ ਕੋਈ ਗੱਲ ਨਹੀਂ ਆਹ ਤੇ 2 ਰੁਪਏ ਵਿਆਜ ਆ ਇਹਤੋਂ ਆਪਾਂ 5 ਲੈਣਾ 3 ਰੁਪਈਏ ਤੇ ਫਿਰ ਵੀ ਬਚਣ ਡਿਆ ਦੇ ਦਈਏ ਸੌਦਾ ਘਾਟੇ ਦਾ ਨੀਗਾ ਚੱਲ ਠੀਕ ਆ ਨੰਜਨ ਸਿਆ ਤੈਨੂੰ ਮੈਂ ਪੈਸੇ ਦੇ ਦਿੰਦਾ ਪਰ ਖਰਾਬ ਨਾ ਕਰੀ ਓ ਨਹੀਂ ਯਾਰ 1 ਮਹੀਨੇ ਨੂੰ ਨਾ 10,000 ਰੁਪਏ ਤੇਰਾ ਮੋੜ ਦੂੰ ਤੇ ਵਿਆਜ ਤੂੰ ਮਹੀਨੇ ਦਾ ਉਹਨੇ ਕੱਟ ਲਾ ਚੱਲ ਠੀਕ ਆ ਵਿਆਜ ਕੱਟ ਕੇ ਜਿੰਨੇ ਪੈਸੇ ਬੰਦੇ ਮੈਨੂੰ ਲਿਆਂਦੇ ਚੱਲ ਲੱਗਾ ਹੀ ਮੈਂ ਲਿਆਉਣ ਠੀਕ ਆ ਮੇਰਾ ਵੀਰ ਹੁਣ ਗਾਣਾ ਧਿਆਨ ਰੱਖੀ ਮਹੀਨੇ ਨੂੰ ਉਹ ਚਾਹ ਫੜੀ ਜਾਏਗਾ ਕੁੜਤ ਨਹੀਂ ਉਹ ਚਾਹ ਯਾਰ ਜੀ ਦੀ ਘਰੇ ਹੈਗੇ ਵਾਂਡੇ ਗਏ ਨਹੀਂ ਤੈਨੂੰ ਪਿਆ ਦੇ ਉਹ ਚਾਹ ਲਾਉਣ ਜਦੋਂ ਮੈਂ ਪੈਸੇ ਮੋੜਦਾ ਆ ਨਾਲੇ ਤੇਰਾ ਚਾਹ ਪੀ ਜੂੰਦਾ ਨਾਲੇ ਪੈਸੇ ਮੋੜ ਜੂ ਠੀਕ ਆ ਠੀਕ ਆ ਲੈ ਆ ਵੇਖ ਕਿੰਨੀ ਛੇਤੀ ਘਰੋਂ ਪੈਸੇ ਲੈਣ ਗਿਆ ਪਹਿਲਾਂ ਨਾ ਪੈਸੇ ਹੈਗੇ ਨੇ ਹੁਣ 5 ਰੁਪਏ ਵਿਆਜ ਆਖਿਆ ਨਾ ਮਿੱਟੋ ਮਿੱਟੀ ਉੱਡ ਗਿਆ ਕਿਉਂ ਨਹੀਂ ਖਜਾਨਸਿਆ ਤਰਲੇ ਤਾਂ ਬੜੇ ਘੜਾਏ ਨਾ ਜੇ ਤੇਰੇ ਨਾਲ ਨਾ ਕੰਨਾਂ ਨੂੰ ਹੱਥ ਲਵਾਏ ਤੇ ਮੈਨੂੰ ਵੀ ਨੰਜਨ ਸੌਂ ਕਿੰਨੇ ਆਖਣਾ ਲੈ ਆਉਂਦੇ ਆ ਕਰਾਣਾ ਲੈ ਨੰਜਨ ਸਿਆ ਪੂਰਾ 10,000 ਹੀ ਵਿਆਜ ਨਹੀਂ ਕੱਟਿਆ ਤੂੰ ਉਹ ਨਹੀਂ ਵਿਆਜ ਮੈਂ ਤੇ ਕੱਟਿਆ ਨਹੀਂ ਨਹੀਂ ਸਰਦਾਰਾ ਆਪਾਂ ਜਿਹੜੀ ਜ਼ਬਾਨ ਕਰ ਲਈ ਨਾ ਆ ਲੈ 500 ਰੁਪਏ ਚੱਲ ਨਾਲ ਹੀ ਦੇ ਜਨੋ ਨਹੀਂ ਆ ਲੈ 500 ਰੁਪਏ ਮਹੀਨੇ ਵਿਆਜ ਹੁਣ ਮੈਂ ਤੈਨੂੰ 1 ਮਹੀਨਾ ਪੂਰਾ 10,000 ਰੁਪਇਆ ਮੋੜ ਜੂੰਗਾ ਠੀਕ ਆ ਜਵਾਨਾ ਠੀਕ ਆ ਨਹੀਂ ਜ਼ਬਾਨ ਦਾ ਤੂੰ ਪੱਕਾ ਵੇਖ ਲਾ ਨਹੀਂ ਮੈਂ ਤੈਨੂੰ ਆਹ ਵਿਆਜ ਪਹਿਲਾਂ ਕੱਟਦਾ ਤੇ 10,000 ਰੁਪਇਆ ਮਹੀਨੇ ਕਰ ਨਹੀਂ ਮੰਨਣਾ ਪਊ ਤੇਰੀ ਜ਼ਬਾਨ ਨੂੰ ਚੰਗਾ ਫਿਰ ਮੈਂ ਚੱਲਦਾ ਚੰਗਾ ਪਤਾ ਨਹੀਂ ਕਰੇਗਾ ਜਾਂ ਕਿ ਨਹੀਂ ਉਹ ਨੰਜਣਾ ਨੰਜਣਾ ਓਏ ਬੜੀ ਜਾਨ ਦੁਖੀ ਆ ਮਹੀਨਾ ਆਖਿਆ ਸੀ 2.5 ਮਹੀਨੇ ਹੋ ਗਏ ਤੀਜਾ ਚੌਥਾ ਤੇ ਮੇਰਾ ਗੇੜਾ ਹੋ ਗਿਆ ਪਤਾ ਨਹੀਂ ਕਿੱਧਰ ਦਫਾ ਆ ਘਰੇ ਤੇ ਮਿਲਦਾ ਹੀ ਨੀਗਾ ਚੰਗਾ ਫਸਿਆ ਤੂੰ ਓ ਕੁਲਦੀਪ ਸਿਆ ਹੋਰ ਕੁਲਦੀਪ ਸਿਆ ਉਹ ਵਧੀਆ ਨੇ ਨਾ ਠੀਕ ਠਾਕ ਠਾਕ ਉਹ ਬਹਿ ਜਾ ਹਾਂ ਉਹ ਜਣਾ ਮੇਰੀ ਗੱਲ ਸੁਣ ਧਿਆਨ ਨਾ ਬਈ ਕੁਰਸੀਆਂ ਕੱਲ ਹੀ ਲਈਆਂ ਨਵੀਆਂ ਲੈ ਉਹ ਗਾਰੰਟੀ ਦੇ ਦੇਗੀ ਉਹ ਗਾਰੰਟੀ ਦੇ ਗਈ ਆ ਫਿਰ ਕਾ ਡਰ ਬਹਿ ਰਿਹਾ ਕੋ ਨਹੀਂ ਉਹ ਸਰਦਾਰਾ ਗੱਲ ਇਦਾਂ ਹੈ ਮੈਂ ਆਹ ਤੇਰੇ ਨਾਲ ਅੱਛਾ ਉਹ ਮੇਰੇ ਲੱਗੀ ਮਾਂ ਨੇ ਸੱਟ ਅੱਛਾ ਤਾਂ ਮੈਂ ਆਪਰੇਸ਼ਨ ਕਰਾਉਣਾ ਤੂੰ ਨਾ ਮੈਨੂੰ ਧਾਰਾ 10,000 ਰੁਪਇਆ ਦੇ ਹਾਂ ਨੰਜਣਾ ਪੈਸਿਆਂ ਦਾ ਔਖਾ ਜਿਹਾ ਹੀ ਆ ਔਰ ਚੱਲ ਤੂੰ ਐਂ ਕਰੀ ਵਿਆਜ ਲਾ ਲਈ ਵਿਆਜ ਨੰਜਣਾ ਗੱਲ ਇਦਾਂ ਵਾ ਪੈਸੇ ਤਾਂ ਮੈਂ ਤੈਨੂੰ ਦੇਣਾ ਦੇ ਹਾਂ ਠੀਕ ਆ ਤੈਨੂੰ ਕੋਈ ਜਾਂ ਚੀਜ਼ ਰੱਖ ਕੇ ਜਾਣੀ ਪਊਗੀ ਜਾਂ ਕਿਸੇ ਜ਼ਿੰਮੇਵਾਰ ਬੰਦੇ ਦੀ ਗਵਾਹੀ ਚਾਹੀਦੀ ਆ ਮੈਂ ਉਦਾਂ ਪੈਸੇ ਨਹੀਂ ਦਿੰਦਾ ਨੰਜਣ ਸਿਆ ਇਹ ਬੰਦਾ ਕੱਬਾ ਹੀ ਲੱਗਦਾ ਇਹਨੇ ਇਸ ਤਰ੍ਹਾਂ ਮੰਨਣਾ ਨਹੀਂ ਕੋਈ ਜੁਗਾੜ ਲਾਉਣਾ ਪੈਣਾ ਚੱਲ ਫਿਰ ਕੁਲਦੀਪ ਸਿਆ ਮੈਂ ਨਾ ਕੋਈ ਸਿਆਣਾ ਬੰਦਾ ਲੱਭ ਕੇ ਲਿਆਉਣਾ ਹੈ ਫਿਰ ਉਹਦੀ ਗਵਾਹੀ ਪਵਾਵਾਂਗੇ ਕੋਈ ਗੱਲ ਨਹੀਂ ਲੈ ਜੀ ਤੂੰ ਠੀਕ ਆ ਮੈਂ ਲਿਆਉਣਾ ਬੰਦਾ ਫਿਰ ਠੀਕ ਆ ਨਹੀਂ ਕੁਲਦੀਪ ਸਿਆ ਚਾਦਰ ਤਾਂ ਤੂੰ ਬੜਾ ਬੰਦਾ ਨਾ ਤੈਨੂੰ ਆਹ ਦਾਲ ਬੇਟਾ 1,000 ਰੁਪਇਆ ਰੱਖੇਗਾ ਲੱਭਦਾ ਕੋਈ ਬੰਦਾ
ओ नंजना तू ओए मैं बड़ा दुखी हो गया यार तेरे हथों, तू तो मेरी जान ही दुखी करती, मैं तेरे लिए पता नहीं किन्ने गेरे मार बैठा। ओ खजान साहब मैं तेरे काम भजा फिरदा, ओ उच्चे टिब्बे वाला कुलदीप नहीं आ, हां हां मैं गया हो जल ओन मार रुपया दे 10,000 दा रा, ते ओ मेनू आंदा वी जे तू 10,000 रुपया दा लेने ना जां मेरे कोल कोई चीज रख जा ते जां किसे स्याणे बंदे दी गवाही पा। तेरी भरावा पिंड च गवाही किन्ने पौनी आ, ओ मेरी गल तां सुन ला, तू इंजे कर तू गवाही पा दे। मैं गवाही पाया अगे मैं थोड़ा फसिया जिहड़ा होर फस जा। ओ तू मेरे सारी गल नहीं सुनदा, अरे मैं इन्ना बहाना बना गया, मैं मेरी बांह सट लगी आ तां मैनू पैसे देने मैं लाए करोना तो मैं तेरे मोड़ दूंगा, तो तू जो गवाही पा देगा ना वो तो 10,000 रुपया लेकर मैं तेन मोड़ दूंगा, तू मैं आपे दिंदा फिरूं बाद यार मुड़ के वह मैनू घेरी फिरूगा। अरे तेन उन्हें किधर घेरी फिरना, पैसे तो मैं लाने तू माड़ी गवाही पानी है वेख ला फिर मैनू नपसा दी। और मैं ना बेफिक्र मैं उतो लेकर 10,000 रुपया तो तेन भलके मोड़ दूंगा। चल ठीक है फिर तू ए करी भलके 9 बजे तक घर आ जाई तो उधरों मैं आ जाऊंगा। ठीक है ठीक है तू गवाही पाई आप तो पैसे ले लेंगे। चल ठीक है आ जाई फिर 9 बजे मैं आ जाऊंगा उठे मैं पहुंच जाना ही तू मेरे तो पहला आ जाइयो उठे। चंगा ठीक है लाया जवाना हुन बनी गल अपने 2 महीने फिर लग जाने। ओए 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 ओए